ਹਾਂਜੀ ਰੈਡੀ ਸਟਾਰਟ ਪੁਰਾਤਨ ਪੰਜਾਬ ਵਿੱਚ ਖੂਹਾਂ ਤੋਂ ਪਾਣੀ ਭਰਿਆ ਜਾਂਦਾ ਰਿਹਾ ਹੈ ਡੰਡੀ ਆਮ ਤੌਰ ਤੇ ਪਿੰਡਾਂ ਦੀ ਬਾਹਰਲੀ ਫਿਰਨੀ ਤੋਂ ਅੰਦਰਲਾ ਪਿੰਡਾਂ ਦੇ ਨਲਕਿਆਂ ਦਾ ਪਾਣੀ ਕਾਫੀ ਖਾਰਾ ਹੁੰਦਾ ਸੀ ਜੋ ਨਾ ਤਾਂ ਕੱਪੜੇ ਨਿਖਾਰਦਾ ਸੀ ਨਾ ਹੀ ਪਸ਼ੂ ਡੰਗਰ ਉਹਨੂੰ ਪੀਂਦੇ ਸਨ ਡੰਡੀ ਫਿਰਨੀ ਤੋਂ ਬਾਹਰ ਜੋ ਵੀ ਨੇੜੇ ਤੇੜੇ ਖੂਹ ਹੋਣੇ ਉਥੋਂ ਹੀ ਪਿੰਡ ਦੀਆਂ ਸਵਾਨੀਆਂ ਨੇ ਪਾਣੀ ਭਰਨਾ ਉਹ ਪਾਣੀ ਜਿੱਥੇ ਮਿੱਠਾ ਭਾਵ ਪੀਣਯੋਗ ਹੁੰਦਾ ਸੀ ਉਥੇ ਹਾਜ਼ਮੇਦਾਰ ਵੀ ਹੋਇਆ ਕਰਦਾ ਸੀ ਡੰਡੀ ਜਿਵੇਂ ਕੇ ਆਮ ਤੌਰ ਤੇ ਨਹਿਰ ਦੇ ਕਿਨਾਰੇ ਲੱਗੇ ਨਲਕੇ ਦਾ ਪਾਣੀ ਜਿੱਥੇ ਬਹੁਤ ਠੰਡਾ ਹੁੰਦਾ ਹੈ ਉਥੇ ਹਾਜ਼ਮੇਦਾਰ ਵੀ ਹੁੰਦਾ ਹੈ ਬਿਲਕੁਲ ਇਸੇ ਤਰ੍ਹਾਂ ਹੀ ਪਿੰਡੋਂ ਬਾਹਰ ਖੂਹਾਂ ਦੇ ਪਾਣੀ ਹੋਇਆ ਕਰਦੇ ਸਨ ਡੰਡੀ ਜਿੱਥੋਂ ਸਵੇਰੇ ਸਵੇਰੇ ਜਾਂ ਫਿਰ ਸ਼ਾਮ ਨੂੰ ਪਿੰਡ ਦੀਆਂ ਮੋਟਿਆਰਾ ਪਾਣੀ ਭਰਨ ਜਾਂਦੀਆਂ ਤੇ ਵਾਰੋਵਾਰੀ ਡੋਲ ਨਾਲ ਜਾਂ ਬਾਲਟੀ ਨਾਲ ਰੱਸਾ ਵਨ ਕੇ ਖੂਚੋਂ ਪਾਣੀ ਕਢਦੀਆਂ ਤੇ ਵਾਰੋਵਾਰੀ ਆਪੋ ਆਪਣੇ ਘੜਿਆਂ ਵਿੱਚ ਪਾ ਕੇ ਇਕੱਠੀਆਂ ਹੀ ਸਿਰਾਂ ਤੇ ਜਾਂ ਫਿਰ ਟਾਕਾਂ ਤੇ ਰੱਖ ਕੇ ਘਰਾਂ ਨੂੰ ਲਿਆਇਆ ਕਰਦੀਆਂ ਸਨ ਜਾਂ ਫਿਰ ਖੂ ਚੱਲਦਾ ਹੋਣਾ ਤਾਂ ਅੱਗੇ ਬਣੀ ਦੋ ਬੱਚੇ ਚੋਂ ਵਾਰੋਵਾਰੀ ਭਾਰ ਲੈਣਾ ਡੰਡੀ ਪੈਰਾ ਕੱਪੜੇ ਧੋਣੇ ਡੰਗਰਾਂ ਨੂੰ ਪੱਠੇ ਪਾਉਣੇ ਧਾਰਾਂ ਕੱਢਣੀਆਂ ਗੋਹਾ ਕੂੜਾ ਕਰਨਾ ਰੋਟੀਆਂ ਪਕਾਉਣੀਆਂ ਪੱਤਾ ਲੈ ਕੇ ਖੇਤ ਜਾਣਾ ਦੁੱਧ ਰਿੜਕਣਾ ਆਦ ਸਾਰੇ ਕੰਮ ਜਿੱਥੇ ਪੰਜਾਬਣਾ ਕਰਦੀਆਂ ਰਹੀਆਂ ਹਨ ਉਥੇ ਹੀ ਪਾਣੀ ਬਾਹਰ ਖੂਹਾਂ ਤੋਂ ਲਿਆਉਣ ਦਾ ਕੰਮ ਵੀ ਉਹਨਾਂ ਦੇ ਹੀ ਹਿੱਸੇ ਆਇਆ ਸੀ ਡੰਡੀ ਕੱਢਣਾ ਕੱਤਣਾ ਦਰਿਆ ਬਣਾਉਣੀਆਂ ਖੇਸ ਚਾਦਰਾਂ ਸਰਹਾਣੀ ਚਰਖੇ ਕੱਤਣੀ ਤੇ ਨਾਲੇ ਬਣਾਉਣੇ ਡੰਡੀ ਭਾਵ ਕੁੜੀਆਂ ਕੱਤਰੀਆਂ ਨੇ ਆਪਣੇ ਹਿੱਸੇ ਦਾ ਦਾਜ ਵੀ ਹੱਥੀਂ ਬਣਾਉਣਾ ਡੰਡੀ ਆਦਮੀ ਬਾਹਰਲੀ ਖੇਤੀ ਵਾੜੀ ਦੇ ਕੰਮ ਕਰਿਆ ਕਰਦੇ ਸਨ ਡੰਡੀ ਪੈਰਾ ਮੈਨੂੰ ਅੱਜ ਵੀ ਯਾਦ ਹੈ ਕਿ ਸਾਡੇ ਆਪਣੇ ਪਿੰਡ ਦੱਦਾਹੂਰ ਵਿਖੇ ਪੰਡਤਾਂ ਦਾ ਇੱਕ ਖੂਹ ਬਿਲਕੁਲ ਪਿੰਡ ਦੇ ਨੇੜੇ ਭਾਵ ਨਿਆਈ ਵਿੱਚ ਹੀ ਸੀ ਡੰਡੀ ਜਿੱਥੋਂ ਸਾਰਾ ਪਿੰਡ ਹੀ ਪਾਣੀ ਭਰਿਆ ਕਰਦਾ ਸੀ ਡੰਡੀ ਪਾਣੀ ਵੀ ਬਹੁਤ ਜ਼ਿਆਦਾ ਮਿੱਠਾ ਤੇ ਹਾਜ਼ਮੇਦਾਰ ਹੁੰਦਾ ਸੀ ਡੰਡੀ ਕਈਆਂ ਘਰਾਂ ਦੇ ਵਿੱਚ ਸੋਹਣ ਸਿੰਘ ਨਾਂ ਦਾ ਪਿੰਡ ਦਾ ਇੱਕ ਝੌਰ ਸੀ ਜੋ ਵੈਂਗੀ ਤੇ ਤਿੰਨ ਤਿੰਨ ਕੜੇ ਰੱਖ ਕੇ ਅਲੱਗ ਅਲੱਗ ਕਰਾਂ ਦੇ ਵਿੱਚ ਪਾਣੀ ਪਾਇਆ ਕਰਦਾ ਸੀ ਡੰਡੀ ਉਸ ਨੂੰ ਹਾੜੀ ਸੌਣੀ ਫਸਲ ਚੋਂ ਹੀ ਪੀੜਾਂ ਵਿੱਚੋਂ ਦਾਣੇ ਦਿਆ ਕਰਦੇ ਸਾਂ ਡੰਡੀ ਪੈਰਾ 100 ਦੋਸਤੋ ਗੱਲ ਤਾਂ ਸਮੇ ਸਮੇ ਦੀ ਹੈ ਡੰਡੀ ਅਜੋਕੇ ਬਦਲੇ ਦੌਰ ਵਿੱਚ 21ਵੀਂ ਸਦੀ ਵਿੱਚ ਘਰ-ਘਰ ਲੋਕਾਂ ਨੇ ਆਰਓ ਲਵਾ ਲਏ ਨੇ ਸਰਕਾਰੀ ਆਰਓ ਸਿਸਟਮ ਵੀ ਪਿੰਡਾਂ ਸ਼ਹਿਰਾਂ ਵਿੱਚ ਲੱਗੇ ਹੋਏ ਹਨ ਡੰਡੀ ਪੈਰਾ ਅੱਜਕੱਲ ਦੇ ਸਮਿਆਂ ਵਿੱਚ ਅਸੀਂ 20 ਰੁਪਏ ਦੀ ਠੰਡੇ ਪਾਣੀ ਦੀ ਬੋਤਲ ਲੈ ਕੇ ਪੀਣ ਨੂੰ ਵੀ ਆਪਣੀ ਸ਼ਾਨ ਸਮਝਦੇ ਹਾਂ ਡੈਂਡੀ ਸਟਾਪ